ਇਹ ਜਿਹੜੀ ਹੁਣ ਆਪਣੀ ਬਾਡੀ ਲੱਗ ਰਹੀ ਹੈ ਉਹ ਤੋਂ ਬਾਅਦ ਆਮ ਤੌਰ ਤੇ ਤਾਂ ਆਪਾਂ ਕਣਕ ਦੀ ਦਾ ਮੁੱਢ ਜਿਹੜਾ ਰਹਿੰਦਾ ਹੈ ਉਹਨੂੰ ਆਪਾਂ ਅੱਗ ਨਹੀਂ ਲਾਉਂਦੇ ਲੇਕਿਨ ਛੋਨੇ ਦਾ ਆਪਾਂ ਅੱਗ ਲਾਉਂਦੇ ਆ ਉਹਦੇ ਨਾਲ ਬੜਾ ਧੂਆ ਹੋ ਜਾਂਦਾ ਹੈ ਪੰਜਾਬ 'ਚ ਪਰ ਕਿਤੇ ਕਿਤੇ ਇੱਥੇ ਕਣਕ ਨੂੰ ਵੀ ਲਾ ਦਿੰਦੇ ਨੇ ਔਰ ਉਹ ਮੈਂ ਤੁਹਾਨੂੰ ਇਹ ਗੱਲ ਕਹਣਾ ਚਾਹੁੰਦਾ ਕਿ ਸਾਡੇ ਵਾਸਤੇ ਇਹ ਐਤ ਕੀ ਬੜਾ ਖਤਰਨਾਕ ਹੋ ਗਿਆ ਇਸ ਲਈ ਕਿ ਜਿਹੜਾ ਕੋਵਿਡ ਹੈ ਨਾ ਉਹ ਇੱਕ ਫੇਫੜਿਆਂ ਦੀ ਬਿਮਾਰੀ ਹੈ ਔਰ ਉਥੇ ਆਕਸੀਜਨ ਜਦ ਘੱਟਦਾ ਉਹਦੇ ਵਿੱਚ ਉਹ ਲੋਕਾਂ ਦੇ ਫੇਫੜੇ ਹੋਰ ਖਰਾਬ ਹੋ ਜਾਂਦੇ ਨੇ ਸਾਡੇ ਬੱਚੇ ਨੇ ਸਾਡੇ ਪਰਿਵਾਰ ਨੇ ਸਾਰੇ ਤਾਂ ਮੇਰੀ ਇਹ ਵੀ ਬਹੁਤੋਂ ਨੂੰ ਬੇਨਤੀ ਹੈ ਕਿ ਤੁਸੀਂ ਆਇਤ ਕੀ ਬਿਲਕੁਲ ਕਿਸੇ ਹਾਲਤ ਵਿੱਚ ਵੀ ਅਗਨੀ ਨਗਾਉਣੀ ਆਪਣੇ ਮੁੱਢ ਨੇ ਰਹਿ ਗਏ ਆਪਣੇ ਕਣਕ ਦੇ ਔਰ ਨਹੀਂ ਤਾਂ ਇਹ ਜਿਹੜਾ ਇਹ ਕੋਵਿਡ ਦਾ ਕੰਮ ਹੈ ਇਹ ਹੋਰ ਵਿਗੜ ਜਾਣਾ ਹੈ ਔਰ ਜਿਹੜੇ ਸਾਡੇ ਮਰੀਜ਼ ਨੇ ਉਹਨਾਂ ਨੂੰ ਹੋਰ ਨੁਕਸਾਨ ਪਹੁੰਚਣਾ ਹੈ ਔਰ ਇਹ ਹੀ ਨਹੀਂ ਕਿ ਥੋੜੇ ਅਗਰ ਬੱਚਿਆਂ ਦੇ ਪੇਪੜੇ ਕਮਜ਼ੋਰ ਹੋ ਜਾਣਗੇ ਤਾਂ ਫਿਰ ਕੋਰੋਨਾ ਦਾ ਅਸਰ ਵੀ ਉਹਨਾਂ ਤੇ ਪੈ ਸਕਦਾ ਹੈ ਇਸ ਕਰਕੇ ਮੇਰੀ ਬੇਨਤੀ ਹੈ ਤੁਹਾਨੂੰ ਬੜੀ ਹੱਥ ਜੋੜ ਕੇ ਕਿ ਇਹ ਕੰਮ ਨਾ ਕਰਨ ਸੇ